ਬੀਜੇਪੀ ਲੀਡਰ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦੇ ਦਿਹਾਤੀ ਖੇਤਰ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਪੈਰ ਪਸਾਰੇ ਜਾਣ, ਉੱਥੇ ਆ ਕੇ ਸਟੈਂਡ ਅਪ ਕੀਤਾ ਜਾਵੇ ਆਪਣੇ ਆਪ ਨੂੰ। ਪਰ ਉਹ ਹੋ ਨਹੀਂ ਰਿਹਾ, ਉਸ ਤਰ੍ਹਾਂ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਖਾਸ ਕਰਕੇ ਫਰੀਦਕੋਟ ਹਲਕੇ ਦੀ ਗੱਲ ਕਰਾਂਗੇ। ਫਰੀਦਕੋਟ ਹਲਕੇ ਦੇ ਵਿੱਚ ਵਿਵਾਦ ਹੌਲੀ ਹੌਲੀ ਵੱਧਦਾ ਜਾ ਰਿਹਾ। ਫਰੀਦਕੋਟ ਤੋਂ ਉਮੀਦਵਾਰ ਲਾਣੇ ਗਏ ਨੇ ਹੰਸਰਾਜ ਹੰਸ, ਔਰ ਹੰਸਰਾਜ ਹੰਸ ਦੇ ਉਮੀਦਵਾਰ ਲਾਣੇ ਜਾਣ ਤੋਂ ਬਾਅਦ ਉਹਨਾਂ ਵਾਸਤੇ ਦਿੱਕਤਾਂ ਪਰੇਸ਼ਾਨੀਆਂ ਜ਼ਿਆਦਾ ਪੇਸ਼ ਆਉਣ ਲੱਗ ਗਈਆਂ ਨੇ, ਹੰਸਰਾਜ ਹੰਸ ਦੇ ਵਾਸਤੇ ਪ੍ਰੋਬਲਮਸ ਜ਼ਿਆਦਾ ਖੜੀਆਂ ਹੋਣ ਲੱਗ ਗਈਆਂ ਨੇ। ਔਰ ਉਸੇ ਦੇ ਮੱਦੇਨਜ਼ਰ ਹੰਸਰਾਜ ਹੰਸ ਜਦੋਂ ਵੀ ਆਪਣੇ ਪ੍ਰਚਾਰ ਵਾਸਤੇ ਜਾਂਦੇ ਨੇ, ਜਦੋਂ ਵੀ ਮੀਟਿੰਗਸ ਵਾਸਤੇ ਜਾਂਦੇ ਨੇ, ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਵਿਰੋਧ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਪਰ ਹੁਣ ਲੱਗਦਾ ਹੰਸਰਾਜ ਹੰਸ ਦੇ ਪੱਖ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਖੜਨ ਲੱਗ ਗਏ ਨੇ। ਔਰ ਦੂਸਰੀ ਵੱਡੀ ਗੱਲ, ਪੁਲਿਸ ਪ੍ਰਸ਼ਾਸਨ ਬਹੁਤ ਹੀ ਜ਼ਿਆਦਾ ਐਗਰੈਸਿਵ ਹੋਇਆ ਨਜ਼ਰ ਆ ਰਿਹਾ। ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੰਸਰਾਜ ਹੰਸ ਦੀ ਮੀਟਿੰਗ ਰਾਈਆਂ ਵਾਲਾ ਇਲਾਕੇ ਦੇ ਵਿੱਚ, ਜਿਹੜਾ ਫਰੀਦਕੋਟ ਦਾ ਰਾਈਆਂ ਵਾਲਾ ਇਲਾਕਾ ਹੈਗਾ, ਉੱਥੇ ਉਹ ਮੀਟਿੰਗ ਹੋਣੀ ਹੁੰਦੀ ਹੈ, ਵਰਕਰਸ ਦੀ ਮੀਟਿੰਗ ਹੋਣੀ ਹੁੰਦੀ ਹੈ ਬੀਜੇਪੀ ਦੀ, ਜਿਹਦੇ ਵਿੱਚ ਹੰਸਰਾਜ ਹੰਸ ਨੇ ਆਉਣਾ ਹੁੰਦਾ। ਖੈਰ, ਹੰਸਰਾਜ ਹੰਸ ਉੱਥੇ ਆਉਂਦੇ ਨੇ, ਔਰ ਹੰਸਰਾਜ ਹੰਸ ਦੀ ਗੱਡੀ ਦੇਖ ਕੇ ਕਿਸਾਨ ਭੱਜੇ ਆਉਂਦੇ ਨੇ, ਖੇਤਾਂ ਦੇ ਵਿੱਚ, ਪੈੜਾਂ ਦੇ ਵਿੱਚ, ਪੈੜੀਆਂ ਵਿੱਚੋਂ ਭੱਜਦੇ ਆਉਂਦੇ ਨੇ, ਕਣਕਾਂ ਦੇ ਵਿੱਚੋਂ ਰਾਹ ਲੱਭਦੇ ਉੱਥੇ ਪਹੁੰਚਦੇ ਨੇ, ਵਿਰੋਧ ਕਰਨ ਲੱਗਦੇ ਨੇ, ਅਤੇ ਉੱਥੇ ਪੁਲਿਸ ਉਹਨਾਂ ਨੂੰ ਘੇਰ ਲੈਂਦੀ ਹੈ। ਪੁਲਿਸ ਇਹੋ ਜਿਹਾ ਘਰਾ ਕਰਦੀ ਹੈ ਕਿ ਪੁਲਿਸ ਉਹਨਾਂ ਦੇ ਮਗਰੇ, ਯਾਨੀ ਕਿ ਕਿਸਾਨ, ਭਾਵੇਂ ਉਹ ਕੁੜੀਆਂ ਹੋਣ, ਭਾਵੇਂ ਉਹ ਔਰਤਾਂ ਹੋਣ, ਭਾਵੇਂ ਉਹ ਬੱਚੇ ਹੋਣ, ਭਾਵੇਂ ਉਹ ਕਿਸਾਨ ਆਦਮੀ ਹੋਣ, ਉਹਨਾਂ ਦੇ ਮਗਰ ਪੁਲਿਸ ਭੱਜਦੀ ਹੈ, ਡੰਡੇ ਲੈ ਕੇ ਭੱਜਦੀ ਹੈ। ਔਰ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦਸਤਾਰਧਾਰੀ ਇੱਕ ਨਿੱਕਾ ਜਿਹਾ ਬੱਚਾ ਜੋ ਹੰਸਰਾਜ ਹੰਸ ਦਾ ਵਿਰੋਧ ਕਰਨ ਉੱਥੇ ਆਉਂਦਾ ਆ, ਉਹਦੇ ਮਗਰ ਮਹਿਲਾ ਪੁਲਿਸ ਹੱਥ ਧੋ ਕੇ ਪੈ ਜਾਂਦੀ ਹੈ। ਉਸਦੇ ਨਾਲ ਖਹਿਬਾਜ਼ੀ ਹੁੰਦੀ ਆ, ਉਸਦੇ ਨਾਲ ਖਿੱਚਤੂ ਹੁੰਦੀ ਆ, ਜਿਸ ਤੋਂ ਬਾਅਦ ਹਾਲਾਤ ਇੰਨੇ ਤਣਾਅਪੂਰਵਕ ਹੋ ਜਾਂਦੇ ਨੇ ਕਿ ਉੱਥੋਂ ਉਹਨਾਂ ਬੱਚਿਆਂ ਨੂੰ ਪਿੱਛੇ ਹਟਣਾ ਪੈਂਦਾ। ਪਰ ਬੱਚੇ ਉੱਥੇ ਖੜ ਕੇ ਪੁਲਿਸ ਪ੍ਰਸ਼ਾਸਨ ਦਾ ਟਾਕਰਾ ਜ਼ਰੂਰ ਕਰਦੇ ਨੇ। ਮਹਿਲਾ ਪੁਲਿਸ ਕਰਮੀ ਜਿਹੜੀ ਹੈ ਇੱਥੇ ਰਿਕਾਰਡ ਹੋਈ ਹੈ ਤਸਵੀਰਾਂ ਦੇ ਵਿੱਚ, ਜਿਹੜੀ ਬੱਚਿਆਂ ਦੇ ਨਾਲ ਆਡਾ ਲੈਂਦੀ ਨਜ਼ਰ ਆ ਰਹੀ ਹੈ, ਮਹਿਜ਼ ਨਿੱਕੇ ਨਿੱਕੇ ਬੱਚੇ ਜਿਹਨਾਂ ਦੇ ਸਿਰ ਪੱਗਾਂ ਬੰਨੀਆਂ ਹੋਈਆਂ ਨੇ, ਔਰ ਕਿਸਾਨਾਂ ਦੇ ਬੱਚੇ ਆ ਕੇ ਹੰਸਰਾਜ ਹੰਸ ਦਾ ਵਿਰੋਧ ਕਰ ਰਹੇ ਨੇ, ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਖਦੇੜਦਾ ਨਜ਼ਰ ਆ ਰਿਹਾ। ਹੈਰਾਨੀ ਜਨਕ ਤਸਵੀਰਾਂ ਨੇ ਜਿਸ ਦੇ ਵਿੱਚ ਇਹਨਾਂ ਬੱਚਿਆਂ ਦੇ ਨਾਲ ਹੁੰਦਾ ਸਲੂਕ ਸਾਫ਼ ਪ੍ਰਤੀਤ ਹੋ ਰਿਹਾ। ਖੈਰ, ਹੰਸਰਾਜ ਹੰਸ ਦਾ ਵਿਰੋਧ ਜਿਹੜਾ ਉਹ ਜੱਗ ਜ਼ਾਹਿਰ ਹੈ, ਇਸ ਵੇਲੇ ਹੰਸਰਾਜ ਹੰਸ ਦੀ ਸਥਿਤੀ ਜਿਹੜੀ ਆ ਉਹ ਜੱਗ ਜ਼ਾਹਿਰ ਹੈ, ਪਰ ਤਾਂ ਵੀ ਹੰਸਰਾਜ ਹੰਸ ਇਸ ਗੱਲ ਦਾ ਦਾਅਵਾ ਕਰਦੇ ਨਜ਼ਰ ਆ ਰਹੇ ਨੇ ਕਿ 4 ਤਰੀਕ ਨੂੰ, 4 ਜੂਨ ਨੂੰ ਜੋ ਹੋਏਗਾ ਉਹ ਸਭ ਦੇ ਪ੍ਰਤੱਖ ਅਜਵੇਗਾ, ਉਸ ਦੇ ਵਿੱਚ ਉਹਨਾਂ ਦੀ ਜਿੱਤ ਹੋਵੇਗੀ। ਹੈਰਾਨੀਜਨਕ ਗੱਲ ਹੈ, ਜਿੱਥੇ ਫਰੀਦਕੋਟ ਹਲਕੇ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਜਿੱਥੇ ਉਹਨਾਂ ਦੇ ਆਉਣ ਸਾਰ ਕਿਸਾਨਾਂ ਦੇ ਵਿੱਚ ਰੋਸ ਭੜਕ ਜਾਂਦਾ ਆ, ਕਿਸਾਨ ਜਿਹੜੇ ਨੇ ਉਹਨਾਂ ਨੂੰ ਪਿੰਡਾਂ ਦੀ ਫਿਰਨੀਆਂ 'ਚ ਨਹੀਂ ਵੜਨ ਦੇ ਰਹੇ, ਉੱਥੇ ਹੰਸਰਾਜ ਹੰਸ ਦਾਅਵਾ ਕਰਦੇ ਨੇ ਕਿ ਉਹ ਇਹ ਸੀਟ ਜਿੱਤ ਕੇ ਦਿਖਾਉਣਗੇ। ਹੈਰਾਨੀਜਨਕ ਗੱਲ ਜ਼ਰੂਰ ਹੈ, ਪਰ ਹੰਸਰਾਜ ਹੰਸ ਦੇ ਆਉਣ ਤੋਂ ਬਾਅਦ ਜੋ ਹਾਲਾਤ ਬਣਨ ਲੱਗੇ ਨੇ, ਕਿਸਾਨ ਜ਼ਰੂਰ ਉਹਨਾਂ ਨੂੰ ਸਵਾਲ ਕਰਦੇ ਨੇ, ਪਰ ਸਵਾਲਾਂ ਦੇ ਅੱਗੇ ਬੀਜੇਪੀ ਲੀਡਰ ਹੰਸਰਾਜ ਹੰਸ ਜਿਹੜੇ ਨੇ ਉਹ ਚੁੱਪ ਹੋ ਜਾਂਦੇ ਨੇ, ਉਹਨਾਂ ਸਵਾਲਾਂ ਦਾ ਜਵਾਬ ਦੇ ਨਹੀਂ ਪਾ ਰਹੇ ਜਿਹੜੇ ਸਵਾਲ ਕਿਸਾਨ ਪੁੱਛਣਾ ਚਾਹ ਰਹੇ ਨੇ। ਜ਼ਾਹਿਰਤਨ ਜਿਹੜੇ ਕਿਸਾਨ ਨੇ ਉਹ ਇਹੀ ਪੁੱਛਣਾ ਚਾਹੁੰਦੇ ਨੇ ਕਿ ਉਸ ਵੇਲੇ ਹੰਸਰਾਜ ਹੰਸ ਕਿੱਥੇ ਸਨ, ਜਾਂ ਉਸ ਵੇਲੇ ਬਾਕੀ ਬੀਜੇਪੀ ਦੇ ਲੀਡਰ ਕਿੱਥੇ ਸਨ ਜਦੋਂ ਉਹ ਬਾਰਡਰ ਦੇ ਉੱਤੇ ਬੈਠੇ ਹੋਏ ਸੀ ਅਤੇ ਉਹਨਾਂ ਦੇ ਉੱਤੇ ਬੰਬ ਗੋਲੇ ਵਰਸਾਏ ਜਾ ਰਹੇ ਸੀ, ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਸੀ, ਉਹਨਾਂ ਨੂੰ ਗੈਸ ਕਨੈਸਟਰਸ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਇੱਥੋਂ ਤੱਕ ਉਹਨਾਂ ਦੇ ਉੱਤੇ 12-12 ਬੋਰ ਦੇ ਰੌਂਦ ਫਾਇਰ ਕੀਤੇ ਗਏ, ਤਾਂ ਬੀਜੇਪੀ ਲੀਡਰਸ ਕਿੱਥੇ ਸੀ ਉਦੋਂ, ਉੱਥੇ ਆ ਕੇ ਉਹਨਾਂ ਦੀ ਹਮਾਇਤ ਕਿਉਂ ਨਹੀਂ ਕੀਤੀ? ਹਰਿਆਣੇ ਦੇ ਬਾਰਡਰਾਂ ਦੇ ਉੱਤੇ ਉਹਨਾਂ ਦੇ ਨਾਲ ਹਿੱਕ ਡਾ ਕੇ ਖੜ ਕੇ ਉੱਥੇ ਉਹਨਾਂ ਹਾਲਾਤਾਂ ਦਾ ਸਾਹਮਣਾ ਕਿਉਂ ਨਹੀਂ ਕੀਤਾ? ਅਤੇ ਹੁਣ ਉਹ ਜ਼ਰੂਰ ਕਿਸਾਨਾਂ ਦੇ ਕੋਲ ਵੋਟ ਮੰਗਣ ਆ ਰਹੇ ਨੇ। ਇੱਕ ਨੈਰੇਟਿਵ ਇਹ ਵੀ ਸਿਰਜਿਆ ਗਿਆ ਕਿ ਜ਼ਰੂਰ ਉਹਨਾਂ ਦਾ ਹੱਕ ਹੈ ਵੋਟ ਮੰਗਣਾ, ਪਰ ਦੂਜੇ ਪਾਸੇ ਕਿਸਾਨਾਂ ਦਾ ਵੀ ਹੱਕ ਹੈ ਬੀਜੇਪੀ ਲੀਡਰਾਂ ਦਾ, ਜੇ ਵੋਟ ਮੰਗਣ ਆ ਰਹੇ ਨੇ ਤਾਂ ਉਹਨਾਂ ਦਾ ਵਿਰੋਧ ਕਰਨਾ। ਵਿਰੋਧ ਕਰਨਾ ਕੋਈ ਗੁਨਾਹ ਨਹੀਂ ਹੈ, ਵਿਰੋਧ ਪ੍ਰਦਰਸ਼ਨ ਕਰਨਾ ਗੁਨਾਹ ਨਹੀਂ ਹੈ ਜਦ ਤੱਕ ਸ਼ਾਂਤੀਪੂਰਵਕ ਕੀਤਾ ਜਾਵੇ। ਜ਼ਰੂਰ ਕਿਸਾਨ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਪਰ ਉਹਨਾਂ ਨੂੰ ਅੱਗਿਓਂ ਪ੍ਰਸ਼ਾਸਨ ਦੀਆਂ ਲਾਠੀਆਂ ਖਾਣੀਆਂ ਪੈ ਰਹੀਆਂ ਨੇ। ਇਹ ਤਸਵੀਰਾਂ ਜ਼ਰੂਰ ਕੈਦ ਹੋਈਆਂ ਨੇ, ਔਰ ਸੰਵੇਦਨਸ਼ੀਲ ਇਹ ਤਸਵੀਰਾਂ ਨੇ ਜਦੋਂ ਛੋਟੇ ਜਿਹੇ ਬੱਚੇ ਦੇ ਉੱਤੇ
ਅੰਨੇ ਵਾਹ ਪ੍ਰਸ਼ਾਸਨ ਜਿਹੜਾ ਉਹ ਆਪਣਾ ਤਸ਼ੱਦਦ ਦਿਖਾਉਂਦਾ। ਤਸਵੀਰਾਂ ਕੀ ਆਈਆਂ ਨੇ ਤੁਹਾਨੂੰ ਦਿਖਾਉਂਦੇ ਹਾਂ। Subscribe to One India channel and never miss an update.